आए दिन चोरी डकैती की वारदातें लगातार बढ़ती जा रही हैं। हाल ही में ताजा मामला सामने आया है होशियारपुर शहर के बस स्टैंड नजदीक से, जहां पर मेन सड़क पर मौजूद एक टेलीकॉम की दुकान को चोरों की ओर से बीती रात निशाना बनाया गया और वहां से महंगे फोन चोरी कर चोर फरार हो गए। पूरे मामले में दुकानदार का बयान सामने आया है, आप भी डालिए सबसे पहले उस पर एक नजर। ਭਾਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਦੀਪਕ ਹੈ ਭਾਜੀ। ਦੇਵੋ ਭਾਜੀ ਕਿਹੜੀ ਜਗ੍ਹਾ ਦੁਕਾਨ ਆਪਣੀ? ਇਹ ਆਪਣੀ ਬੱਸ ਸਟੈਂਡ ਹੀ ਹੈਗੀ ਹੈ ਰੋਸ਼ਨ ਰੋਡ ਤੇ। ਕਿਸ ਚੀਜ਼ ਦੀ ਦੁਕਾਨ ਹੈ? ਮੋਬਾਈਲ ਦੀ ਦੁਕਾਨ ਹੈ ਮੇਰੀ। ਕੀ ਅੱਜ ਇਨਸੀਡੈਂਟ ਹੋਇਆ ਜੀ ਉੱਥੇ? ਆਪਾਂ ਰਾਤੀ ਦੁਕਾਨ ਬੰਦ ਕਰਕੇ ਗਏ ਆ ਤਾਂ ਸਵੇਰੇ ਮੇਰੇ ਮੁੰਡੇ ਨੇ ਦੁਕਾਨ ਖੋਲੀ ਹੈ ਤਾਂ ਦੇਖਿਆ ਤਾਂ ਸਮਾਨ ਨਹੀਂ ਹੈਗਾ, ਨਾ ਮੋਬਾਈਲ ਵਗੈਰਾ ਵੀ ਕਾਫੀ ਗੈਪ ਹੈਗੇ ਇੱਥੇ, ਏਅਰਪੋਰਟ ਵਗੈਰਾ ਘੜੀਆਂ ਵਗੈਰਾ ਮੇਰੀ ਕਾਫੀ ਗੈਪ ਹੈ। ਗੱਲੇ 'ਚ ਹੀ ਮੇਰੇ ਕਮ ਸੇ ਕਮ 2-3 ਹਜ਼ਾਰ ਰੁਪਏ ਸੀਗੇ, ਉਹ ਵੀ ਨਹੀਂ ਹੈਗੇ ਹੈ। ਠੀਕ ਹੈ ਜੀ। ਤਾਂ ਹੁਣ ਸਵੇਰੇ ਦੇਖਿਆ ਤਾਂ ਕੁਛ ਨਹੀਂ, ਹੁਣ ਕੰਪਲੇਨ ਕੀਤੀ ਹੈਗੀ ਹੈ, ਦੇਖੋ ਅੱਗੇ ਕੀ ਕਾਰਵਾਈ ਕਰਦੇ ਹੈਗੇ। ਕੋਈ ਲੱਗਿਆ ਪਤਾ ਕਿੱਧਰ ਦੀ ਚੋਰ ਐਂਟਰ ਹੋਏ? ਚੋਰ ਭਾਜੀ ਇੱਕ ਹੀ ਰਸਤਾ ਹੈ ਸੀਨੇ ਮੇਰੇ ਕੋਲੋਂ, ਉੱਪਰੋਂ ਉੱਥੇ ਪੌੜੀ ਵੀ ਪਈ ਹੋਈ ਹੈਗੀ ਹੈ, ਹੋਰ ਕੋਈ ਰਸਤਾ ਨਹੀਂ ਹੈਗਾ ਜਾਣ ਦਾ। ਉਹ ਉੱਪਰੋਂ ਹੀ ਆਇਆ ਹੈਗਾ, ਦਰਵਾਜ਼ਾ ਭੰਨਿਆ ਉੱਪਰ ਅਲਮੋਨੀਅਮ ਦਾ ਲੱਗਾ ਹੈਗਾ, ਉਹ ਤੋੜ ਕੇ ਮੇਰੇ ਘਰ ਅੰਦਰ ਆਏ ਹੈਗੇ, ਉੱਥੋਂ ਹੀ ਹੋਈ ਹੈ ਚੋਰੀ, ਹੋਰ ਤਾਂ ਕਿਤੋਂ ਕਹਿ ਨਹੀਂ ਸਕਦੇ। ਕੈਮਰੇ ਵਗੈਰਾ ਲੱਗੇ ਹੋਏ? ਕੈਮਰੇ ਮੇਰੇ ਕੈਮਰੇ ਦਾ ਮੇਨ ਬੋਕਸ ਹੀ ਲੈ ਗਏ ਹੈਗੇ, ਚੱਕ ਕੇ ਡੀਵੀਆਰ ਚੱਕ ਕੇ ਲੈ ਗਏ ਹੈਗੇ। ਕੈਮਰੇ ਮੇਰੇ ਪੁੱਠੇ ਕੰਮ ਘੁੰਮੇ ਪਏ ਸਾਰੇ, ਘੁਮਾਤੇ ਹੈ ਕੈਮਰੇ। ਕਿੰਨਾ ਕੁ ਨੁਕਸਾਨ ਆ ਜੇ ਕੋਈ ਮੈਂ ਭਾਈ ਕਹਿ ਨਹੀਂ ਸਕਦਾ, ਫੋਨ ਤਾਂ ਮੇਰੇ ਕਮ ਸੇ ਕਮ 4-5 ਲੱਖ ਰੁਪਏ ਦਾ ਮੈਨੂੰ ਨੁਕਸਾਨ ਕਮ ਸੇ ਕਮ ਹੋਇਆ ਹੋਣਾ, ਇੰਨਾ ਤਾਂ ਹੈਗਾ ਯਾਰ। ਮਹਿੰਗੇ ਫੋਨ ਲੱਗੇ ਗਏ ਸਾਰੇ? ਮਹਿੰਗੇ ਸਾਰੇ ਮਹਿੰਗੇ ਫੋਨ ਚੱਕ ਕੇ ਲੈ ਗਏ ਮੇਰੇ। ਕੋਈ ਸ਼ੱਕ ਵਗੈਰਾ ਕਿਸੇ ਤੇ ਨਹੀਂ? ਸ਼ੱਕ ਭਾਜੀ ਨਹੀਂ ਮੇਰਾ ਕਿਸੇ ਤੇ ਵੀ ਨਹੀਂ। ਤੇ ਪੁਲਿਸ ਕੰਪਲੀਟ ਕਰ ਦਿੱਤੀ ਹੋਈ ਹੈ? ਹਾਂਜੀ ਹਾਂਜੀ, ਥਾਣੇ ਤੇ ਕੰਪਲੀਟ ਕਰਤੀ। ਕਿਹੜਾ ਥਾਣਾ ਲੱਗਦਾ? ਮਾਲਟਾਉਂ ਥਾਣਾ ਲੱਗਦਾ। ਠੀਕ ਆ, ਮੁਲਾਜ਼ਮ ਪਹੁੰਚੇ ਮੌਕੇ ਤੇ? ਹਾਂਜੀ ਹਾਂਜੀ ਪਹੁੰਚ ਗਏ ਜੀ। ਤੇ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ? ਮੇਰਾ ਨੁਕਸਾਨ ਹੀ ਭਰ ਹੋ ਜਾਵੇ ਬਸ, ਹੋਰ ਕੀ। ਤਾਂ ਮੈਂ ਚਾਹੁੰਦਾ ਕਿ ਮੇਰਾ ਜਿੰਨਾ ਮੇਰਾ ਨੁਕਸਾਨ ਹੋਇਆ ਕਮ ਸੇ ਕਮ ਮੇਰਾ ਭਰ ਹੋ ਜਾਵੇ, ਤਾਂ ਬਸ ਆਹੀ ਮੰਗ ਹੈ ਮੇਰੀ। ਰਾਤੀ ਕਿੰਨੇ ਵਜੇ ਗਏ ਸੀ ਦੁਕਾਨ? ਰਾਤੀ 9 ਵਜੇ ਚੱਲ ਗਏ ਸੀ ਅਸੀਂ। ਸਵੇਰੇ ਕਿੰਨੇ ਵਜੇ ਖੋਲੀ ਸੀ? ਸਵੇਰੇ ਵੀ 9 ਵਜੇ ਖੋਲੀ ਸੀ। ਕਿੰਨੇ ਦੁਕਾਨ ਤੁਸੀਂ ਖੋਲੀ ਜਾਂ ਵਰਕਰ? ਨਹੀਂ ਮੇਰਾ ਮੁੰਡਾ ਹੈਗਾ, ਉਹਨੇ ਖੋਲੀ ਹੈ ਜੀ। ਇਹ ਭਾਜੀ ਬੱਸ ਸਟੈਂਡ ਦੇ ਕੋਲ ਚੋਰੀ ਹੋਈ ਆ, ਮੌਕੇ ਤੇ ਤੁਸੀਂ ਪਹੁੰਚੇ ਹੋ, ਕੀ ਪੂਰਾ ਮਾਮਲਾ ਜੀ? ਮੈਨੂੰ ਤਾਂ ਇਹ ਇਨਫੋਰਮੇਸ਼ਨ ਮਿਲੀ ਆ ਕਿ ਮੁਰਸ਼ਿਦ ਦੱਸਿਆ ਕਿ ਠਾਕੁਰ ਟੈਲੀਕਾਮ ਤੇ ਮਤਲਬ ਚੋਰੀ ਹੋਈ, ਮੋਬਾਈਲ ਚੋਰੀ ਹੋਏ ਆ। ਮੌਕਾ ਦੇਖੋ, ਮੌਕੇ ਤੇ ਆ ਗਏ ਆ, ਹਾਲੇ ਸਟੇਟਮੈਂਟ ਹੋਣੀ ਆ, ਲਿਖਣੀ ਆ, ਇਹ ਵੀ ਬਰੀਕੀ ਨਾਲ ਚੈੱਕ ਕਰਨਗੇ ਕੀ ਚੋਰੀ ਹੋਇਆ ਅਤੇ ਉਹਨੂੰ ਇਨਵੈਸਟੀਗੇਸ਼ਨ ਕਰਦੇ ਆ ਜੋ ਵੀ ਹੋਊਗਾ। ਫਿਲਹਾਲ ਕੁਛ ਨਹੀਂ, ਹਾਲੇ ਰਿਟਰਨ 'ਚ ਕੁਛ ਨਹੀਂ ਆਇਆ, ਡਾਕੂਮੈਂਟਰੀ ਮਤਲਬ ਕਹਿ ਲਓ ਆਧਾਰ 'ਤੇ ਕੁਛ ਨਹੀਂ ਆਇਆ। ਜਿੱਦਾਂ ਜਿੱਦਾਂ ਇਹ ਦੇਣਗੇ ਜਾਂ ਜੋ ਵੀ ਹੋਊਗਾ ਉਸ ਆਧਾਰ 'ਤੇ ਕਾਰਵਾਈ ਕਰ ਦੇਣੀ ਆ। ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜੀ? ਸੀਸੀਟੀਵੀ ਫੁਟੇਜ ਤਾਂ ਹਾਲੇ ਕੋਈ ਦੇਖੀ ਨਹੀਂ, ਦੇਖ ਰਹੇ ਆਏ ਹਾਂ, ਹਾਲੇ ਦੇਖਦੇ ਪਏ ਹਾਂ, ਦੇਖਦੇ ਆਰੰਭ ਕਰਦੇ ਹਾਂ। ਬਸ ਸਟੇਟਮੈਂਟ ਦੀ ਲੋੜ ਆ, ਉਸ ਹਿਸਾਬ ਨਾਲ ਜੋ ਵੀ ਬਣਦੀ ਕਾਰਵਾਈ ਆ ਉਹ ਕਰ ਦੇਣੀ ਆ।